ਹੈਲੋ, ਮੇਰਾ ਨਾਂ ਚੌਧਰੀ ਹਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੂਰੀ ਨਿੱਜਰਾਂ ਦਾ ਜੱਟ ਹੈਗਾ। ਚੌਧਰੀ ਜਿਹੜਾ ਜੱਟਾਂ ਤੇ ਗੁਜਰਾਂ ਦਾ ਤਖੱਲਸ ਹੈਗਾ, ਜਿੱਦਾਂ ਸਤਿਗੁਰੂ ਨਾਨਕ ਦੇਵ ਜੀ ਖੱਤਰੀ ਸਨ, ਉਹਨਾਂ ਦਾ ਤਖੱਲਸ ਲਾਲੇ ਹੈਗਾ। ਬਾਣੀਆਂ ਰੋੜੇ ਖੱਤਰੀ ਜਿਹੜੇ ਕਲਾਲ ਵਗੈਰਾ ਸਭ ਲਾਲੇ ਕਲਾਉਂਦੇ ਨੇ, ਅਤੇ ਹਰ ਇੱਕ ਜਾਤ ਦਾ ਉਹਨਾਂ ਨੇ ਵੱਖਰੇ ਵੱਖਰੇ ਹੈਗੇ ਨੇ ਤਖੱਲਸ, ਜਾਣੀ ਉਹਨਾਂ ਦੇ ਕਟਸੀ ਟਾਈਟਲ। ਅਤੇ ਇੱਥੇ ਮੈਂ ਕਰ ਲਾਂਗਾ ਸਤਿਗੁਰੂ ਅਰਜਨ ਦੇਵ ਜੀ ਦੀ ਬਾਣੀ ਦੀ ਵਿਆਖਿਆ, ਪੇਜ ਹੈਗਾ 623। ਪੌੜੀ, ਨਿੰਦਕ ਮਾਰੇ ਤਤਕਾਲ। ਜਿਹੜਾ ਨਿੰਦਕ ਹੈਗਾ ਉਹ ਤਾਂ ਉੱਥੇ ਹੀ ਮਰ ਜਾਂਦਾ ਨਾ, ਕਿ ਉਹ ਨਿੰਦਕ ਜਿਹੜਾ ਹੁੰਦਾ ਉਹ ਸੋਚਦਾ ਵਿਚਾਰਦਾ ਨਹੀਂ ਹੈਗਾ। ਉਹ ਕਹਿੰਦਾ ਵੀ ਮੇਰੀ ਅਕਲ ਵੱਡੀ ਹੈਗੀ ਅਤੇ ਉਹ ਆਪਣੀ ਅਕਲ ਨਾਲ ਚੱਲਦਾ ਹੈਗਾ। ਉਹ ਜਦ ਆਪਣੀ ਅਕਲ ਨਾਲ ਚੱਲਦਾ ਫਿਰ ਉਹ ਕੁਰਾਹੇ ਪੈ ਜਾਂਦਾ ਹੈਗਾ, ਉਹ ਫਿਰ ਉੱਥੇ ਮਰ ਜਾਂਦਾ ਹੈਗਾ। ਖਿੰਨ ਟਿਕਣ ਨਾ ਦਿੱਤੇ, ਉਹਨਾਂ ਨੂੰ ਟਿਕਣ ਨਹੀਂ ਦਿੰਦਾ। ਉਹਨਾਂ ਦੇ ਜਿਹੜਾ ਹੈਗਾ ਨਾ ਬਾਣੀ ਜਾਂ ਸਹਿਜ ਨਹੀਂ ਉਹਨਾਂ ਦੇ ਵਿੱਚ ਆਉਂਦਾ, ਉਹ ਆਪਣੇ ਚਤਰ ਚਲਾਕ ਰਹਿੰਦੇ ਨੇ। ਪ੍ਰਭ ਦਾਸ ਕਾ ਦੁੱਖ ਨਾ ਖਿਵ ਸਕੇ। ਜਿਹੜਾ ਪ੍ਰਭ ਹੈਗਾ ਆਪਣੇ ਜਿਹੜੇ ਸੇਵਕ ਹੈ ਜਿਹੜੇ ਹੈਗੇ ਉਹਦੇ ਗੁਰਮੁਖ ਹੈਗੇ ਨੇ, ਉਹਨਾਂ ਦਾ ਦੁੱਖ ਉਹ ਸਹਿ ਨਹੀਂ ਸਕਦਾ। ਫੜ ਜੂਨੀ ਜੁੱਤੇ, ਫਿਰ ਉਹਨੇ ਜਿਹੜੇ ਨਿੱਦਕ ਸੀਗੇ ਉਹਨੇ ਫਿਰ ਫੜ ਕੇ ਉਹਨਾਂ ਨੂੰ ਯਾਨੀ ਕਿ ਜਨਮ ਮਰਨ ਦੀ ਜੂਨੀ ਚ ਪਾ ਦਿੱਤਾ ਤੇ ਰੀਇਨਕਾਰਨੇਸ਼ਨ। ਮੱਥੇ ਵਾਲ ਪਛਾੜਿਆ ਜਮ ਮਾਰਗ ਮੁੱਤੇ, ਮੱਥੇ ਵਾਲ ਪਛਾੜਨ ਯਾਨੀ ਕਿ ਆਪਣੇ ਫੜ ਕੇ ਮੱਥੇ ਦੇ ਵਾਲਾਂ ਤੋਂ ਨਾ, ਮੱਥੇ ਦੇ ਵਾਲਾਂ ਹੁੰਦੀ ਅਕਲ ਜਿਹੜੀ ਹੈਗੀ ਉਹਦੀ, ਤੇ ਉਹਨਾਂ ਤੋਂ ਫੜ ਕੇ ਉਹਨੂੰ ਨਾ ਜਮ ਮਾਰਗ ਮੁੱਤੇ, ਉਹਨੂੰ ਜਮ ਦੇ ਮਾਰਗ ਵਿੱਚ ਸਿੱਟ ਦਿੱਤਾ, ਉਧਰ ਜਾ ਤੂੰ ਦੌੜ ਜਾ। ਜਨਮ ਮਰਨ ਦੀ ਫਿਰ ਉਹ ਆ ਜਾਂਦਾ ਗੇੜੇ ਚ। ਦੁੱਖ ਲੱਗੇ ਬਲਿਆਣਨ, ਫਿਰ ਉੱਥੇ ਜਿਹੜਾ ਜਮ ਦੇ ਮਾਰਗ ਵਿੱਚ ਉਹਨੂੰ ਫਿਰ ਦੁੱਖ ਲੱਗਦਾ ਹੈਗਾ, ਫਿਰ ਉਹ ਬਿਲਕਦਾ ਹੈਗਾ। ਨਰਕ ਗੌਰ ਸੁੱਤੇ, ਤੇ ਉਹਨੂੰ ਫਿਰ ਨਰਕ ਗੌਰ ਵਿੱਚ ਉਹਨੂੰ ਪਾ ਦਿੰਦਾ ਹੈਗਾ ਜਿਹੜਾ ਨਿੰਦਕ ਹੈਗਾ। ਕੰਠ ਲਾਏ ਦਾਸ ਰੱਖਣ ਨਾਨਕ ਹਰ ਸਤੇ, ਉਹ ਜਿਹੜਾ ਕੰਠ ਲਾਏ ਦਾਸ, ਦਾਸ ਨੂੰ ਉਹ ਆਪਣੇ ਗਲੇ ਨਾਲ ਲਾਉਂਦਾ ਹੈਗਾ। ਰੱਖਿਆ ਉਹਨੂੰ ਰੱਖਦਾ ਹੈਗਾ ਗਲੇ ਨਾਲ ਲਾ ਕੇ। ਨਾਨਕ ਹਰ ਸਤੇ, ਨਾਨਕ ਕਹਿੰਦਾ ਵੀ ਹਰ ਜਿਹੜਾ ਹੈਗਾ, ਸਤੇ ਹੁੰਦਾ ਸੱਤ, ਸੱਚਾ ਹੈਗਾ ਉਹ, ਇੱਕ ਹੁੰਦਾ ਸੱਚ ਇੱਕ ਹੁੰਦਾ ਸੱਤ। ਸੱਤ ਜਿਹੜਾ ਹੈਗਾ ਉਹ ਹੈਗਾ ਹਿਜ ਵਰਡ ਅਬਸੋਲਿਊਟ ਟਰੁੱਥ, ਤੇ ਸੱਚ ਜਿਹੜਾ ਹੈਗਾ ਜਿਹੜਾ ਆਪਾਂ ਦੋਖਾ ਨਾਲ ਦੇਖੀਏ। ਤੇ ਇਹ ਇਹਦੀ ਬਿਆਨੀ ਬਾਣੀ ਤੇ ਇੱਥੇ ਹੈਗਾ ਇਹਦਾ ਵੀ ਕੀ ਮਤਲਬ ਹੈਗਾ। ਇਹ ਹੈਗਾ ਨਾ ਇੱਥੇ ਹੈਗਾ ਨਾ ਆਦਮੀ ਬੇਮੁੱਖ ਹੋਮੇ ਵਿੱਚ, ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਦਾ ਇਲਾਜ ਕੀਤਾ ਤੇ ਉਹਨਾਂ ਨੂੰ ਸੁਰਤੀ ਵਾਲੇ ਬਣਾਇਆ ਸਨਮੁੱਖ। ਸੁਰਤੀ ਵਾਲੇ ਜਿਹੜੇ ਹੁੰਦੇ ਨੇ ਇਹਨਾਂ 'ਚ ਮਨ ਜਾਗ ਪੈਂਦਾ ਤੇ ਚਤਰ ਚਲਾਕ ਬਣਦੇ ਨੇ। ਜਿਹੜੇ ਮਾਇਆ ਵੱਲ ਗਏ ਨੇ ਉਹ ਬਣ ਗਏ ਮਨਮੁੱਖ, ਤੇ ਜਿਹੜੇ ਹੈਗੇ ਅਕਾਲ ਪੁਰਖ ਨੂੰ ਗਏ ਉਹ ਬਣ ਗਏ ਗੁਰਮੁਖ। ਜਿਹੜੇ ਗੁਰਮੁਖ ਹੁੰਦੇ ਉਹ ਨਿਆਰੇ ਹੁੰਦੇ ਨੇ, ਤੇ ਇਹ ਜਿਹੜਾ ਹੁੰਦਾ ਹੈਗਾ ਮਨਮੁੱਖ ਹੁੰਦਾ ਨਾ, ਇਹ ਆਪਣੇ ਪਿੱਛੇ ਲਾਉਂਦਾ ਆਦਮੀਆਂ ਨੂੰ। ਜਦੋਂ ਆਪਣੇ ਜਿਹੜੀ ਇਹ ਆਪਣੀ ਜਿਹੜੀ ਗਲੋਰੀ ਜਾਂ ਆਪਣਾ ਕਹਿੰਦਾ ਵੀ ਮੇਰੇ ਮਗਰ ਲੱਗੋ, ਆ ਜਾਂਦੇ ਨਾ ਪ੍ਰਚਾਰਕ ਫਲਾਨਾ ਪ੍ਰਚਾਰਕ, ਉਹਦੇ ਕਿੰਨੇ ਮਗਰ ਲੱਗੇ ਹੋਏ ਨੇ, ਜਦੋਂ ਆਉਂਦਾ ਪ੍ਰਚਾਰ ਕਰਨ ਕਿੰਨੇ ਲੋਕ ਇਕੱਠੇ ਹੋ ਜਾਂਦੇ ਨੇ। ਉਹ ਇੱਦਾਂ ਦਾ ਪ੍ਰਚਾਰ ਕਰਦਾ ਮਿੱਠਾ ਮਿੱਠਾ ਕੂੜ ਦਾ, ਕੂੜ ਨਾਲ ਬੋਲ ਕੇ ਮਗਰ ਲਾ ਲੈਂਦਾ ਆਦਮੀਆਂ ਨੂੰ। ਇਹਨੇ ਬੋਲਣਾ ਸੱਤ ਕੌੜਾ ਹੁੰਦਾ,
ਉਹਦੇ ਮਗਰ ਕੋਈ ਨਹੀਂ ਲੱਗਦਾ, ਇਹ ਨਿਆਰਾ ਰਹਿੰਦਾ ਹੈਗਾ, ਇਹ ਨਾ ਹੀ ਮਗਰ ਲਾਉਂਦਾ ਹੈਗਾ। ਕਿਉਂ ਤੁਸੀਂ ਹਿਸਾਬ ਕਿਤਾਬ ਖੁਦ ਦੇਣਾ ਅਕਾਲ ਪੁਰਖ ਨੂੰ, ਜੇ ਮਗਰ ਲਾਓਗੇ ਤਾਂ ਉਹਨਾਂ ਦਾ ਵੀ ਦੇਣਾ ਪੈਣਾ, ਤੁਸੀਂ ਨਹੀਂ ਦੇ ਸਕਦੇ ਉਹਨਾਂ ਦਾ ਹਿਸਾਬ, ਉਹਨਾਂ ਨੇ ਖੁਦ ਦੇਣਾ ਹੈਗਾ। ਇਸ ਕਰਕੇ ਜਿਹੜਾ ਮਗਰ ਲਾਉਂਦਾ ਹੈਗਾ ਉਹ ਕੁੜਿਆਰ ਹੁੰਦਾ ਹੈਗਾ, ਉਹ ਕੁੜਿਆਰ ਇੱਥੇ ਹੈਗਾ। ਅਤੇ ਇਸ ਕਰਕੇ ਜਿਹੜਾ ਮਨਮੁੱਖ ਹੁੰਦਾ ਨਾ ਉਹ ਫਿਰ ਗੁਰਮੁਖ ਦੀ ਨਿੰਦਿਆ ਕਰਦਾ ਹੈਗਾ ਵੀ ਕਿਉਂ ਉਹਦੇ ਕੋਲ ਗੁਣ ਹੈਗਾ, ਅਤੇ ਲੋਕਾਂ ਨੂੰ ਇਹ ਨਿੰਦਿਆ ਕਰਕੇ ਉਹਨਾਂ ਨੂੰ ਦੂਰ ਕਰਦਾ ਉਹਦੇ ਤੋਂ ਵੀ ਉਹਦੇ ਕੋਲ ਨਾ ਜਾਓ, ਉਹ ਤਾਂ ਇੱਦਾਂ ਹੈਗਾ, ਉਹ ਇਕੱਲਾ ਹੈਗਾ, ਉਹ ਕਿਸੇ ਦੀ ਨਹੀਂ ਪਰਵਾਹ ਕਰਦਾ, ਅਤੇ ਉਹਦੀਆਂ ਨਿੰਦੇ ਕਰਕੇ ਉਹ ਫਿਰ ਦੂਜਿਆਂ ਨੂੰ ਹਟਾਉਂਦਾ ਹੈ ਵੀ ਉਹਦੇ ਉਹਦੀ ਨਾ ਸੁਣੋ, ਮੇਰੀ ਸੁਣੋ। ਅਤੇ ਇਹ ਹੈਗਾ ਵੀ ਫਿਰ ਉਹ ਜਿਹੜਾ ਨਿੰਦਕ ਹੁੰਦਾ ਹੈਗਾ ਉਹ ਫਿਰ ਜਾਂਦਾ ਹੈਗਾ ਜੂਨੀ 'ਚ ਪੈਂਦਾ, ਅਤੇ ਉਹ ਜਾਂਦਾ ਹੈਗਾ ਫਿਰ ਰਾਹ 'ਚ ਜਿੱਥੇ ਸੋਟੇ ਪੈਂਦੇ ਨੇ, ਯਾਨੀ ਕਿ ਨਰਕ ਨਰਕ ਕੋਰੇ 'ਚ ਉਹਨੂੰ ਫਿਰ ਜਗ੍ਹਾ ਮਿਲਦੀ ਹੈਗੀ, ਉਹਨੂੰ ਆਰਾਮ ਨਹੀਂ ਮਿਲਦਾ, ਆਰਾਮ ਮਿਲਦਾ ਗੁਰਮੁਖ ਨੂੰ ਇਕੱਲਾ। ਅਤੇ ਇਹ ਹੈਗੀ ਇਹਦੀ ਵਿਆਖਿਆ।